मैपल लीफ की व्हाइट सीमेंट बेस एचडी पट्टी। जब बेस ही ना हो सिट्राउन तो सब कुछ होगा रॉन्ग। भाई तो कौन है? ਐਵੇਂ ਹੱਥ ਜੋੜਨ ਤੇਰੇ ਅੱਗੇ ਬਾਊ ਜੀ ਤੇ ਅੱਗੇ ਡੱਡੂ ਆ ਤੁਹਾਡੇ ਗੋਡੀ ਹੱਥ ਲਾਉਣੇ ਜਾਓ ਇਹ ਨਾਲ ਦਿਸ ਕੰਮ ਹੱਥ ਨਾਲ ਜੋੜੋ ਜਿੰਨਾ ਤੁਹਾਡਾ ਕਾਰੋਬਾਰ ਹੈ ਪੈਸੇ ਜੋੜੋ ਚਾਰ ਤੁਸੀਂ ਕਿਹੜੇ ਕੰਮ 'ਚ ਪਏ ਤੁਸੀਂ ਯਾਰ ਗਾਹਕ ਨਾਲ ਨਹੀਂ ਕਰੀਦਾ ਹੁੰਦਾ ਆਪਸ ਦੀ ਗੱਲ ਖਲਾਕ ਵਿਕਦਾ ਹੁੰਦਾ ਦੁਕਾਨ ਤੇ ਅੱਛਾ ਇਹ ਪੁਰਾਠੇ ਸਲਾਡੇ ਤੋਂ ਲਾਓ ਵੀ ਤੁਹਾਡਾ ਕੋਈ ਸੈੱਟ ਪੈ ਗਿਆ ਕੁਛ ਨਹੀਂ ਹੈਗਾ ਸਾਡੇ ਕੋਲ ਹੈ ਕੁਛ ਨਹੀਂ ਹੈਗਾ ਨਹੀਂ ਉਹ ਤੁਹਾਡਾ ਬਾਰ ਵੀ ਕਹਿੰਦੇ ਹੈਗਾ ਨਹੀਂ ਹੈਗਾ ਹੈ ਨਹੀਂ ਹੈਗਾ ਕੁਬੇਲਾ ਕਬੂਲੀਏ ਤਾਂ ਹੁੰਦਾ ਚਲੇ ਜਾਣਾ ਜੇ ਮੈਂ ਤੁਹਾਨੂੰ ਦੱਸਾਂ ਬਾਊ ਜੀ ਤੁਸੀਂ ਕੀ ਚਾਹੁੰਦੇ ਕੀ ਮੈਂ ਮੁਲਾਜ਼ਮਾਂ ਨੂੰ ਬੁਲਾਵਾਂ ਤੁਹਾਨੂੰ ਧੱਕੇ ਮਾਰੀਏ ਤੂੰ ਨਾਲ ਕੀ ਨਾਲ ਥਾਣਾ ਤੁਹਾਡੇ ਮੁਲਾਜ਼ਮ ਕਿਹੜੇ ਹੋਣੇ ਮੇਰੇ ਮੁਲਾਜ਼ਮ ਜਨਾਬ ਇੱਥੇ ਹਾਂ ਤੁਹਾਡੇ ਮੁਲਾਜ਼ਮ ਕਿਹੜੇ ਯਾਰ ਆ ਕਿਹਨੇ ਭੇਜ ਦਿੱਤਾ ਭਾਈ ਅੱਛਾ ਜੀ ਉਹ ਜਿਹੜੀ ਦੂਰੋਂ ਮੈਂ ਤੁਹਾਨੂੰ ਚੱਲਦਾ ਵੇਖਿਆ ਤੁਸੀਂ ਕਿੰਨੀਆਂ ਹਸਰਤ ਬਦੀਆਂ ਨਿਗਾਹਾਂ ਨਾਲ ਵੇਖ ਰਹੇ ਹੋ ਤੇ ਪੌਣੇ ਘੰਟੇ ਤੋਂ ਬਹਿਸ ਹੀ ਕਰੀ ਜਾ ਰਹੇ ਹੋ ਉਹ ਪੱਪੂ ਇਹਦਾ ਗਰਮ ਗਰਮ ਤਵੇ ਦੇ ਹੱਥ ਰਖਾ ਜੀ ਪਤਾ ਲੱਗੇ ਉਹ ਕਾਦੇ ਲਈ ਹੱਥ ਰਖਾ ਮੈਂ ਹਲਫ ਦੇਣਾ ਤਵੇ ਤੇ ਹੱਥ ਰੱਖ ਤਵੇ ਤੇ ਹੱਥ ਰਖਾ ਅੱਛਾ ਜੀ ਉਹ ਬਣਾਉਂਦੇ ਕਿਸ ਤਰ੍ਹਾਂ ਪਏ ਨੇ ਐ ਵੇਖੋ ਐ ਵੇਖ ਲੱਗਦੇ ਲੱਗਦੇ ਵੇਖ ਲਾ चीज खान वाली मैं अपने शरीर नु कहा बुला के लिया ਦੁਕਾਨ ਤੇ ਲੈ ਆਇਆ ਜਨਾਬ ਕਿ ਖਾਓਗੇ ਯਾਦ ਕਰੋਗੇ ਅੱਛਾ ਮੈਂ ਨਾ ਬੜਾ ਨਾਂ ਸੁਣਿਆ ਤੁਹਾਡੀ ਦੁਕਾਨ ਦਾ ਕੀ ਇਹਦਾ ਨਾਂ ਪਰਾਠਾ ਸ਼ਰਾਟਾ ਹਾਂ ਪਰਾਠਾ ਸ਼ਰਾਟਾ ਅੱਛਾ ਜੀ ਵੀ ਪਰਾਠਾ ਤਾਂ ਬੰਦਾ ਖਾਂਦਾ ਹੈ ਅੱਜ ਤੁਹਾਨੂੰ ਸ਼ਰਾਟਾ ਖਵਾਵਾਂਗੇ ਅੱਛਾ ਜੀ ਹਾਂ ਇਹ ਕੋ ਨਵਾਂ ਮੁੱਦੇ ਕੋ ਵਰਜਨ ਆ ਗਿਆ ਪਰਾਠੇ ਨਹੀਂ ਮੈਂ ਇਹਦੇ ਕੋ ਕਾਰੀਗਰ ਉਹ ਰੱਖੇ ਨੇ ਹਾਂ ਪਾਕਿਸਤਾਨ ਦੇ 5 ਸਟਾਰ ਹੋਟਲਾਂ ਚੋਂ ਤੇ ਮੈਂ ਲੈ ਕੇ ਆਇਆ ਸ਼ੈਫ ਜਿਹੜੇ ਤੁਹਾਡੇ ਸ਼ੈਫ ਜਿਹੜੇ ਨੇ ਜਿਹੜੇ ਕਾਰੀਗਰ ਬਣਾਉਣ ਵਾਲੇ ਨਹੀਂ ਤੇ ਆਮ ਬੰਦੇ ਹਰ ਇੱਕ ਚੀਜ਼ਾਂ ਬਣਾ ਲੈਂਦਾ ਲੇਕਿਨ ਟੇਸਟ ਫੇ ਉਸ ਬੰਦੇ ਦੇ ਹੱਥ ਹੀ ਹੁੰਦਾ ਅੱਛਾ ਜੀ ਪਰਾਠਾ ਸ਼ਰਾਠਾ ਇਹ ਲਾਲਪੁਰ ਤੇ ਇਹ ਨਵਾਂ ਸੈਟਅਪ ਲਾਇਆ ਤੁਸੀਂ ਭਾਜੀ ਮੇਰੇ ਖਿਆਲ ਨਹੀਂ ਨਵਾਂ ਸੈਟਅਪ ਨਹੀਂ ਦੁਕਾਨ ਤੇ ਪੁਰਾਣੀ ਹੈ ਮੈਂ ਇੱਥੇ ਠੇਕੇ ਤੇ ਲਈ ਹੈ ਤੁਸੀਂ ਖਾਣ ਪੀਣ ਵਾਲੇ ਆ ਤੁਹਾਡੇ ਵੈਰਾਈਟੀਆਂ ਤਾਂ ਨਾਂ ਬੜਾ ਸੁਣਿਆ ਜੀ ਉਹ ਕੀ ਪਰਾਠਾ ਸ਼ਰਾਟਾ ਪਰਾਠਾ ਸ਼ਰਾਟਾ ਇੱਕ ਹੋਰ ਹੈਗਾ ਕੋਈ ਤੁਹਾਡਾ ਕੀ ਆਪਣਾ ਪਤਾ ਨਹੀਂ ਵੱਡਾ ਮੁੰਡਾ ਨਾਲ ਛਪਾਟਾ ਕੀ ਨਾਂ ਉਹਦਾ ਛਪਾਟਾ ਰੋਲ ਉਹ ਛਪਾਟਾ ਉਹ ਛਪਾਟਾ ਰੋਲ ਛਪਾਟਾ ਰੋਲ ਨਾਂ ਇਸ ਲਈ ਰੱਖਿਆ ਕਿ ਲੋਕੀ ਜਿਹੜਾ ਦੇਖ ਦੂ ਕਿ ਨਾ ਹਾਸੇ ਖੇਡਦੇ ਨੇ ਤੁਸੀਂ ਹਾਂ ਖੁਸ਼ ਮਜ਼ਾਕ ਆਦਮੀ ਹੋ ਨਹੀਂ ਜੋ ਛਪਾਟਾ ਕਿਤੇ ਮੁਲਾਜ਼ਮ ਹੀ ਉਹ ਪੁਲਿਸ ਵਾਲੇ ਵੀ ਕਹਿੰਦੇ ਨੇ ਕਿ ਤੁਸੀਂ ਯਾਰ ਛਪਾਟਾ ਨਹੀਂ ਹੈਗਾ ਇਹ ਖਾਣ ਵਾਲੀ ਚੀਜ਼ ਹੈ ਅੱਛਾ ਖਾਣ ਵਾਲੀ ਚੀਜ਼ ਇੱਕ ਪਰਾਠਾ ਹੁੰਦਾ ਪਰਾਠੇ ਦੇ ਉੱਤੇ ਅਸੀਂ ਸੌਸ ਲਾਉਂਦੇ ਆ 2-3 ਕਿਸਮ ਦੀ ਉਹ ਸੌਸ ਦੇ ਵਿੱਚ ਫਿਰ ਉੱਤੇ ਚਿਕਨ ਬੋਟੀ ਲਾਈ ਦੀ ਮਲਾਈ ਬੋਟੀ ਲਾਈ ਦੀ ਕਵਾ ਲਾ ਕੇ ਉਹਨੂੰ ਲਪੇਟ ਕੇ ਇੱਕ ਪਰਾਠੇ ਦੇ ਬਣਾ ਦਈਦਾ ਰੋਲ ਇੱਕ ਪਰਾਠੇ ਦੇ ਹਾਂ ਨਹੀਂ ਇਹ ਬੰਦਾ ਇੱਕ ਪਰਾਠੇ ਦਾ ਇਹਨੂੰ ਕੱਟ ਦਈਦਾ ਬੜਾ ਵੱਡਾ ਬਣ ਜਾਂਦਾ ਦੋ ਬੰਦੇ ਖਾ ਸਕਦੇ ਨੇ ਇੱਕ ਕਿੱਡਾ ਕੁ ਵੱਡਾ ਪਰਾਠਾ ਹੁੰਦਾ ਬੰਦੇ ਬਾਬਾ ਜੀ ਜਿੱਡਾ ਕੁ ਹੁੰਦਾ ਏਡਾ ਕੁ ਏਡਾ ਕੁ ਹਾਂ ਏਡਾ ਨਹੀਂ ਹੁੰਦਾ ਛੋਟਾ ਉਹ ਛੋਟਾ ਕਰ ਲੈ ਤੁਸੀਂ ਕੀ ਖਾਣਾ ਕੀ ਮੈਂ ਸਰ ਕਾਫੀ ਦੇਰ ਦੀ ਖੇ ਖਾ ਰਿਹਾ ਸਾਂ ਬਾਜ਼ਾਰ ਚ ਹੁਣ ਮੈਂ ਕਿਹਾ ਸੂਸ ਖਾ ਲਈਏ ਅਸਲ ਨਾ ਮਲਾਈ ਬੋਟੀ ਆਪਣੇ ਕੋ ਕਬਾਬ ਆਪਣੇ ਕੋ ਅੱਛਾ ਉਹ ਵੀ ਤੁਹਾਡੇ ਕੋਲ ਹੈ ਰੋਸਟ ਆਪਣੇ ਕੋ ਹਾਂਜੀ ਜ਼ਿੰਦਰ ਆਪਣੇ ਕੋ ਤੁਹਾਡੇ ਕੋ ਸਾਰਾ ਕੁਝ ਪਹਿਲੇ ਦੱਸਿਆ ਨਾ ਕਿ ਮੈਂ ਸ਼ੈਫ ਲੈ ਕੇ ਆਇਆ 5 ਸਟਾਰ ਹੋਟਲ ਅੱਛਾ 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 ਤੁਸੀਂ ਕੀ ਖਾਣਾ ਪਸੰਦ ਕਰੋਗੇ ਇਹ ਛੋਟੇ ਗਾਹਕ ਵੇਖੋ ਇੱਧਰ ਉਹ ਬਿਠਾ ਉਹਨੂੰ ਉੱਧਰ ਦੁਕਾਨ 'ਚ ਬਿਠਾ ਉਧਰ ਬਿਠਾ ਹੀ ਕਰੀ ਜੀ ਅੱਛਾ ਹਾਂ ਬਿਠਾ ਬਿਠਾ ਦੋ ਅੱਛਾ ਜੀ ਤੇ ਕੀ ਤੁਹਾਡਾ ਮੈਨੂ ਤੁਹਾਡੇ ਕੋਲ ਹੈਗਾ ਮੈਂ ਤੁਹਾਨੂੰ ਦੱਸਿਆ ਕਿ ਜਨਾਬ ਪਰਾਠਾ ਸ਼ਰਾਟਾ ਦੇਖੋ ਉਧਰ ਕਬਾਬ ਮਲਾਈ ਬੋਟੀ ਅੱਛਾ ਹਾਂ ਜਿੰਦਰ ਤੁਸੀਂ ਕੀ ਖਾਓਗੇ ਕੀ ਖਾਓ ਉਹ ਤੇ ਕੁਝ ਲੈ ਨਹੀਂ ਡਿੜਿਆ ਅੱਜ ਨੂੰ ਕਹੀ ਜਾਂਦੇ ਮੈਂ ਤੁਹਾਡੇ ਕੋਲ ਬੈਠਾ ਸੀ ਨਜ਼ਰ ਰੱਖਣੀ ਪੈਂਦੀ ਨਾ ਐ ਸਦਾ ਨਹੀਂ ਤੁਸੀਂ ਲਿਆਓ ਜੀ ਅੱਛਾ ਜੀ ਆ ਪਰਾਠਾ ਸ਼ਰਾਠਾ ਜੀ ਜੀ ਅੱਛਾ ਜੀ ਪਰਾਠਾ ਕਿੰਨੇ ਦਾ ਤੇ ਸ਼ਰਾਠਾ ਕਿੰਨੇ ਦਾ ਜੀ
अच्छा रेट भी लिखे नाल चिकन पराठा चिकन आला जी चिकन आला भी बीफ वाला भी तन्नू क्या मलाई बोटी भी ते पराठे जो चिकन पाया उत्ते लाईदा जनाब उत्ते लाईदा नहीं ते जी तुसी पहले कदी खादा है चिकन चीज पराठा वाह जी वाह कितने बने ओदे दो सिराठे अच्छा ठीक है पांच सिराठा जी ऑर्डर लिया बाबू ना को नहीं ऑर्डर नहीं मैं तो मस्कीन आदमी मैं तो सोचे खाना की है चिकन पराठा 350 का जी चीज बड़ा 400 ਦਾ ਤੇ ਆਲੂ ਪਰਾਠਾ ਵੀ ਹੈਗਾ ਲਾ ਅੰਦਰ ਓਏ ਉਹ ਗਾਗ ਦੇਖੀ ਤੇ ਜਨਾਬ ਕੰਪੀਟੀਸ਼ਨ ਹੈ ਦੁਕਾਨ ਨਾਲ ਦੁਕਾਨ ਸਾਂਝੀ ਤੁਹਾਨੂੰ ਇੱਥੇ ਬੁਲਾ ਕੇ ਬਟ ਮੁਸੀਬਤ ਨੂੰ ਫਸ ਗਏ ਆ ਤੂੰ ਜਿਹੜਾ ਆਟਾ ਲੈਣਾ ਪੈਕ ਲਾਉਣਾ ਇੱਥੇ ਖਾਣਾ ਸਰ ਮੇਰੀ ਪਹਿਲੇ ਗੱਲ ਤੇ ਸੁਣ ਲਓ ਮੈਂ ਤੁਹਾਨੂੰ ਸਾਡੇ ਉੱਥੇ ਤੇ ਹੈਗੀ ਸ਼ਾਦੀ ਅੱਛਾ ਅੱਛਾ ਸ਼ਾਦੀ ਦਾ ਆਰਡਰ ਦੇਣਾ ਸੀ ਅੱਛਾ ਆਰਡਰ ਵੱਡਾ ਹੀ ਹੈ ਸਰ ਆਰਡਰ ਦੇਣਾ ਹਾਂਜੀ ਹਾਂਜੀ ਆਓ ਮੈਂ ਕਹਿੰਦਾ ਦਫ਼ਤਰ 'ਚ ਬੈਠ ਕੇ ਗੱਲ ਕਰੀਏ ਹੈ ਹਾਂ ਚਾਹ ਲਿਆ ਕੇ ਚਾਹ ਪੀਓ ਕੇ ਬੋਤਲ ਪੀਓ ਨਹੀਂ ਰਹਿਣ ਦਿਓ ਦੋ ਚੀਜ਼ਾਂ ਸਰਦੀ ਬਹੁਤ ਹੈਗੀ ਬੋਤਲ ਰਹਿੰਦੇ ਨਾ ਚਾਹ ਪੀਆਂਗੇ ਥੋੜੀ ਦੇਰ ਤੱਕ ਅੰਦਰ ਦਫ਼ਤਰ ਬੈਠ ਕੇ ਗੱਲ ਕਰੀਏ ਮੈਂ ਉਹ ਦਫ਼ਤਰ ਅੰਦਰ ਕਿਹੜਾ ਵਾਪਦਾ ਦਫ਼ਤਰ ਅੰਦਰ ਇੱਥੇ ਬਹਿ ਕੇ ਗੱਲ ਕਰ ਲਓ ਮੇਰੇ ਨਾਲ ਹੀ ਕਰਨੀ ਵੈਸੇ ਟੇਸਟ ਕਰਨਾ ਹੋਵੇ ਤੁਸੀਂ ਹਾਂ ਟੇਸਟ ਮੈਂ ਕਰਕੇ ਜਾਵਾਂਗਾ ਟੇਸਟ ਮੈਂ ਕਰਕੇ ਜਾਵਾਂਗਾ ਆਲੂ ਪਰਾਂ ਉਹ ਇਹਨਾਂ ਲਈ ਇੱਕ ਮਲਾਈ ਬੋਟੀ ਲਾ ਦੇ ਮਲਾਈ ਬੋਟੀ ਸਾਡੀ ਬੜੀ ਮਸ਼ਹੂਰ ਹੈ ਜੀ ਅੱਛਾ ਜੀ ਹਾਂ ਉਹ ਹੈਗੀ ਤੁਹਾਡੇ ਕੋਲ ਗੱਲ ਜਿਹੜੀ ਬਸ ਕਰਦੇ ਆ ਤੁਸੀਂ ਬਹੁਤ ਕਿੱਥੇ ਹੋ ਪਹਿਲੇ ਕਦੀ ਖਾਦਾ ਏ ਕੀ ਮਲਾਈ ਬੋਟੀ ਹਾਂ ਆ ਮਲਾਈ ਬੋਟੀ ਮੈਂ ਖਾਦੀ ਪਹਿਲੇ ਵੀ ਲੇਕਿਨ ਇਹ ਤੁਹਾਡੀ ਮਲਾਈ ਬੋਟੀ ਦੀ ਬੜੀ ਤਾਰੀਫ ਸੁਣੀ ਏ ਪਰਾਠਾ ਸ਼ਰਾਠਾ ਕਬਾਬ ਲਿੰਗਰ ਚੜੇ ਆ ਹਾਂਜੀ ਆਪਣੇ ਮੂੰਹ ਜ਼ਬਾਨੀ ਤੋਂ ਕਰੋ ਕੀ ਖਾਣ ਆਏ ਹੋ ਕੀ ਕਰੋ ਹਾਂ ਕਰੋ ਕਰੋ ਤੇ ਆਲੂ ਮੂੰਗਰੇ ਖਾ ਕੇ ਆ ਜੀ ਭਾਜੀ ਕੀ ਬੜੇ ਸਰ ਆਲਾ ਸੁਭਾਨ ਲੇਕਿਨ ਮੈਂ ਨਾ ਤੁਹਾਡੀਆਂ ਚੀਜ਼ਾਂ ਦੀ ਤਾਰੀਫ ਬੜੀ ਸੁਣੀ ਮਸ਼ਹੂਰ ਸਾਡਾ ਪਰਾਠਾ ਰੋਲ ਛਪਾਟਾ ਰੋਲ ਤੇ ਧਮਾਕਾ ਰੋਲ ਧਮਾਕਾ ਉਹ ਕੰਨਾ ਯਾਤਰਾ ਕੇ ਖਾਈਦਾ ਜੀ ਕਿਸੇ ਵੀ ਧਮਾਕਾ ਹੋ ਸਕਦਾ ਮੈਨੂੰ ਇਹ ਤਾਂ ਸਮਝ ਆ ਰਹੀ ਬਾਬੂ ਜੀ ਨਹੀਂ ਪੁੱਤ ਧਮਾਕਾ ਕਿਹੜਾ ਬੰਦਾ ਬਾਬੂ ਜੀ ਤੁਸੀਂ ਪਟਾਸ ਪਾਉਂਦੇ ਉਹਦੇ ਚ ਲੈਂਦੇ ਓਏ ਬਾਬੂ ਜੀ ਇਹਨਾਂ ਨੂੰ ਬੋਤਲ ਬਾਦ ਆ ਚਾਰੇ ਨਹੀਂ ਧਮਾਕਾ ਪੁਰਾਣਾ ਕਿਹੜਾ ਬੰਬ ਪਾਇਆ ਉਹਦੇ ਸੀ ਬੜਾ ਟਾਈਮ ਸਾਡਾ ਵੇਸਟ ਕਰ ਲਿਆ ਆਰਡਰ ਕੋਈ ਦਿੱਤਾ ਨਹੀਂ ਜਾਓ ਤੁਹਾਡੀ ਵਜ੍ਹਾ ਨਹੀਂ ਨਹੀਂ ਭਾਈ ਨੂੰ ਮੈਂ ਆਰਡਰ ਗਾਹ ਨਹੀਂ ਆਰਡਰ ਚਾਹੀਦਾ ਸਾਨੂੰ ਭਾਈ ਸਾਹਿਬ ਤੁਹਾਡਾ ਆਰਡਰ ਨਹੀਂ ਚਾਹੀਦਾ ਗਾਹਕ ਨਾਲ ਗੱਲ ਕਰੀ ਦੀ ਯਾਰ ਤੁਸੀਂ ਅੱਧੇ ਘੰਟੇ ਤੋਂ ਬਾਬੂ ਜੀ ਮੇਰੀ ਤੁਹਾਡੀ ਮਿਹਰਬਾਨੀ ਗਾਹਕੀ ਦਾ ਟਾਈਮ ਨਹੀਂ ਕੱਢਦੇ ਮੈਂ ਚੀਜ਼ ਨਹੀਂ ਮੈਂ ਪੁੱਛ ਕੇ ਨਾ ਲਵਾਂ ਤੁਹਾਡੇ ਕੋਲ ਛੋਟੀ ਹੱਥ ਲਾਉਨੇ ਆ ਤੁਸੀਂ ਉਹ ਨਾਲ ਦੀ ਦੁਕਾਨ ਤੋਂ ਲੈ ਲਓ ਨਹੀਂ ਜਿਹੜੇ ਪਰਾਠੇ ਆ ਤੁਸੀਂ ਪਰਾਠਾ ਸ਼ਰਾਠਾ ਛਪਾਟਾ ਇੱਕ ਇੱਕ ਇਕੱਠੇ ਹੁੰਦੇ ਇਹ ਇੱਕ ਆਈਟਮ ਹੈ ਹੋਟਲ ਦੀ ਆਈਟਮ ਹੈ ਅੱਛਾ ਮੈਂ ਫੈਮਿਲੀ ਸਮਝਿਆ ਪਰਾਠਾ ਸ਼ਰਾਠਾ ਧਮਾਕਾ ਛਪਾਟਾ ਅੱਛਾ ਆਈਟਮ ਹੈ ਟਾਈਮ ਹੈ ਤੁਸੀਂ ਕਿਉਂ ਖਜਾ ਰਹੇ ਹੋ ਐ ਵੇਖੋ ਤੁਹਾਡੇ ਦਾੜੀ ਹੱਥ ਲਾਉਣੇ ਜਾਓ ਦਾੜੀ ਤੇ ਮੇਰੀ ਹੈ ਨਹੀਂ ਕਿਉਂ ਹੱਥ ਲਾਈ ਜਾਣ ਦੇ ਓਏ ਹੁਣ ਭੇਜ ਮੁੰਡੇ ਨੂੰ ਭੇਜ ਕਿਹੜੇ ਮੁੰਡੇ ਨੂੰ ਕਿਹੜਾ ਮੁੰਡਾ ਉਹ ਬਾਬੂ ਜੀ ਥੋੜੇ ਆਂਦੇ ਰਹਿੰਦੇ ਨਹੀਂ ਤੁਸੀਂ ਗਾਹਕ ਨਹੀਂ ਕਰਦੇ ਯਾਰ ਯਾਰ ਤੁਸੀਂ ਚੋਣਾ ਭਾਈ ਹਾਂਜੀ ਕੀ ਚੋਣਾ ਭਾਈ ਤੂੰ ਆਰਡਰ ਮੇਰੇ ਖਜਾ ਰਿਆ ਮੈਂ ਕਹਿੰਦਾ ਮੈਂ ਹਿਸਾਬ ਕਿਤਾਬ ਕਰਕੇ ਦੇਖ ਦਾਂਗਾ ਫਾਉ ਦਾ ਕਿਹੜਾ 1 ਲੱਖ ਰੁਪਏ ਦੀ ਸਾਡੀ ਰੋਜ਼ ਦੀ ਸੇਲ ਹੁੰਦੀ ਹੈ ਤੁਸੀਂ ਸਾਡੇ ਹਿਸਾਬ ਨਹੀਂ ਲਿਖਦੇ ਰੇ ਉੱਦਾਂ ਤੁਹਾਨੂੰ ਇੱਜ਼ਤ ਦੀ ਜਗ੍ਹਾ ਤੇ ਬਿਠਾ ਲਿਆ ਤੁਸੀਂ ਕੋ ਕਾ 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 ਯੋ ਸੈਟਅਪ ਤੁਹਾਡਾ ਕਾਫੀ ਵੱਡਾ ਤੇ ਸੇਲ ਤੁਹਾਡੀ 1 ਲੱਖ 1.5 ਲੱਖ ਦੀ ਜ਼ਰੂਰ ਮੱਲਾ ਛੋਟਾ ਇਹ ਪਰਾਠਾ ਸ਼ਰਾਠਾ ਧਮਾਕਾ ਸਾਡੀ ਖਾਣ ਪੀਣ ਦੇ ਨਾਲ ਨਾ ਮੇਰੀ ਫੁੱਫੀ ਦਾ ਪੁੱਤਰ ਤੁਸੀਂ ਕਹਿੰਦੇ ਫੇਰ ਕੋਈ ਫੈਮਿਲੀ ਮੇਰੇ ਖਾਲੂ ਦੇ ਨਹੀਂ ਤੁਸੀਂ ਕੋਈ ਕੋ ਪਰਾਠੇ ਚ ਇੰਨੀਆਂ ਚੀਜ਼ਾਂ ਪਾ ਰਹੇ ਹੋ ਤੁਸੀਂ ਪਰਾਠੇ ਨੂੰ ਪੁੱਛਿਆ ਕਦੀ ਕਿ ਯਾਰ ਮੈਂ ਇੰਨੀਆਂ ਚੀਜ਼ਾਂ ਪਾਉਣ ਲੱਗਾ ਭਾਈ ਤੇਰੇ ਚ ਓਏ ਪਰਾਠਾ ਕਿਹੜੀ ਵੀ ਜਾਨਦਾਰ ਚੀਜ਼ ਆ ਭਾਈ ਤੂੰ ਕੌਣ ਹੈ ਐ ਵੇਖ ਹੱਥ ਜੋੜਨ ਤੇਰੇ ਅੱਗੇ ਬਾਬੂ ਜੀ ਤੇ ਅੱਗੇ ਡੱਡੂ ਆ ਤੁਹਾਡੇ ਗੋਡੀ ਹੱਥ ਲਾਉਣੇ ਜਾਓ ਐ ਨਾਲ ਦੀ ਕੰਮ ਹੱਥ ਨਾਲ ਜੋੜੋ ਜਿੰਨਾ ਤੁਹਾਡਾ ਕਾਰੋਬਾਰ ਹੈ ਪੈਸੇ ਜੋੜੋ ਚਾਰ ਤੁਸੀਂ ਕਿਹੜੇ ਕੰਮ 'ਚ ਪਏ ਤੁਸੀਂ ਯਾਰ ਗਾਹਕ ਨਾਲ ਨਹੀਂ ਕਰੀਦਾ ਹੁੰਦਾ ਆਪਸ ਦੀ ਗੱਲ ਇਖਲਾਕ ਵਿਕਦਾ ਹੁੰਦਾ ਦੁਕਾਨ ਤੇ ਅੱਛਾ ਇਹ ਪੁਰਾਠੇ ਸਟੈਂਡ ਤੋਂ ਲਾਓ ਵੀ ਤੁਹਾਡਾ ਕੋਈ ਸੈਟਅਪ ਹੈਗਾ ਕੁਛ ਨਹੀਂ ਹੈਗਾ ਸਾਡੇ ਕੋਲ ਹੈ ਕੁਛ ਨਹੀਂ ਹੈਗਾ ਨਹੀਂ ਉਹ ਤੁਹਾਡਾ ਬਾਰ ਵੀ ਕਿਹਦੇ ਹੈਗਾ ਨਹੀਂ ਹੈਗਾ ਹੈ ਨਹੀਂ ਹੈਗਾ ਕੁਬੇਲਾ ਕਬੂਲੀਏ ਤਾਂ ਹੁੰਦਾ ਚਲੇ ਜਾਣਾ ਜੇ ਮੈਂ ਤੁਹਾਨੂੰ ਦੱਸਾਂ ਬਾਬੂ ਜੀ ਤੁਸੀਂ ਕੀ ਚਾਹੁੰਦੇ ਕੀ ਹੈ ਮੈਂ ਮੁਲਾਜ਼ਮਾਂ ਨੂੰ ਬੁਲਾਵਾਂ ਤੁਹਾਨੂੰ ਧੱਕੇ ਮਾਰੀਏ ਤੂੰ ਨਾਲ ਕੀ ਨਾਲ ਥਾਣਾ ਤੁਹਾਡੇ ਮੁਲਾਜ਼ਮ ਕਿਹੜੇ ਹੋਣਗੇ ਮੇਰੇ ਮੁਲਾਜ਼ਮ ਜਨਾਬ ਇੱਥੇ ਹਾਂ ਤੁਹਾਡੇ ਮੁਲਾਜ਼ਮ ਕਿਹੜੇ ਯਾਰ ਆ ਕਿਹਨੇ ਭੇਜ ਦਿੱਤਾ ਭਾਈ ਅੱਛਾ ਜੀ ਉਹ ਜਿਹੜੀ ਦੂਰੋਂ ਮੈਂ ਤੁਹਾਨੂੰ ਚੱਲਦਾ ਵੇਖਿਆ ਤੁਸੀਂ ਕਿੰਨੀਆਂ ਹਸਰਤ ਬਦੀਆਂ ਨਿਗਾਵਾਂ ਨਾਲ ਵੇਖਦੇ ਹੋ ਪੌਣੇ ਘੰਟੇ ਦੇ ਬਹਿਸ ਹੀ ਕਰੀ ਜਾ ਰਹੇ ਹੋ ਨਹੀਂ ਤੇ ਉਹ ਜਿਹੜੇ ਤੁਸੀਂ ਸ਼ਰਾਠਾ ਕੀ ਨਾਂ ਇਹਦਾ ਕਬਾਬ ਚਿਕਨ ਕਬਾਬ ਮਲਾਈ ਬੋਟੀ ਇਹ ਖਾਦੇ ਕਦੀ ਜ਼ਿੰਦਗੀ ਚ ਕਦੀ ਖਾਦੇ ਨੇ ਮੈਂ ਤੁਹਾਨੂੰ ਦੱਸਣਾ ਨਹੀਂ
अच्छा किन्ने किन्ने यार सात सात ਉਹ ਫੈਮਲੀ ਵੇਖ ਪਿੱਛੇ ਆ ਫੈਮਲੀ ਆ ਰਹੀ ਫੈਮਲੀ ਨਾ ਵੇਖ ਉਹ ਮਾਰਨਗੇ ਉਹ ਫੈਮਲੀ ਕਿਹੜੀ ਵੇਖਣੇ ਉਹ ਯਾਰ ਮੈਂ ਆਪਣੇ ਕਾਕਾ ਨੂੰ ਕਹਿ ਰਿਹਾ ਭਾਈਆ ਤੂੰ ਕਿਉਂ ਕਹਿੰਦਾ ਫੈਮਲੀ ਯਾਰ ਭਾਈਆ ਤੂੰ ਕੀ ਇਹ ਯਾਰ ਇਸ ਤਰ੍ਹਾਂ ਹੋਰ ਤਾਂ ਤੂੰ ਸਾਡਾ ਨੁਕਸਾਨ ਕਰੇਗਾ ਭਰਾ ਤੇ ਤੂੰ ਕਿਵੇਂ ਸਮਝਾਈਏ ਚਲੋ ਆ ਮੈਨੂੰ ਬਹਾ ਦੇ ਮੈਂ ਫਿਰ ਲੈ ਲੈਣਾ ਛਰਾਠਾ ਕੀ ਸਪਾਟਾ ਕੀ ਹੈਗਾ ਨਹੀਂ ਹੈਗਾ ਸਪਾਟਾ ਰੋ ਫਿਰ ਆਉਣਾ ਜਾ ਨਹੀਂ ਹੈਗਾ ਚਲੋ ਨਹੀਂ ਹੈਗਾ ਜਾ 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 ਉਹ ਪੱਪੂ ਇਹਦਾ ਗਰਮ ਗਰਮ ਤਵੇ ਦੇ ਹੱਥ ਰਖਾ ਜੀ ਪਤਾ ਲੱਗੇ ਉਹ ਕਾਦੇ ਲਈ ਹੱਥ ਰਖਾ ਮੈਂ ਹਲਫ ਦੇਣਾ ਤਵੇ ਦੇ ਹੱਥ ਰਖਾ चिकन जिंगर खादा कदी जिंदगी आलू भुन के खादे सिर्फ आलू जिंगर वेख ਲੈਣ ਸੇ ਲੱਗ ਰਹੇ ਅੱਛਾ ਲੈਣ ਸੇ ਹਾਂ ਬੜਾ ਸਲੂਕ ਹੈ ਯਾਰ ਇਹਨਾਂ ਦਾ ਪਰ ਪਾਕਿਸਤਾਨ ਦੀ ਕੋਈ ਚੀਜ਼ ਲੈਣ ਸੇ ਹੁੰਦੀ ਨਹੀਂ ਓਏ ਖਾਣ ਵਾਲੀ ਚੀਜ਼ ਏ ਇਹ ਜਿੱਦਾਂ ਚੀਜ਼ ਆ ਇੱਕ ਪਰਾਂਠਾ ਵੇਖੋ ਕਦੀ ਤੁਸੀਂ ਜ਼ਿੰਦਗੀ 'ਚ ਇਸ ਤਰ੍ਹਾਂ ਦੀ ਚੀਜ਼ ਪਹਿਲੇ ਵੇਖੀ ਵੀ ਏ ਇੱਕ ਪਰਾਂਠੇ 'ਚ ਇੰਨੀਆਂ ਚੀਜ਼ਾਂ ਪਾ ਲੈਂਦੇ ਤੁਸੀਂ ਇਸ ਤਰ੍ਹਾਂ ਯਾਰ ਅੱਲਾ ਤੂੰ ਇੱਕ ਅੱਖੇ ਦੇ ਰਹੀ ਹੈ ਇਹ ਵੇਖ ਪੈ ਨਹੀਂ ਰਹੀਆਂ ਅੱਛਾ ਇਹ ਚਿਕਨ ਹੱਥ ਨਹੀਂ ਲਾਉਣਾ ਪਤਾ ਜੀ ਕਿਸੇ ਗਾਹਕ ਨੇ ਨਹੀਂ ਲੈਣਾ ਤੁਸੀਂ ਹੱਥ ਲਾ ਅੱਛਾ ਹੱਥ ਲਾ ਹਾਂ ਤੇ ਇਹ ਕੀ ਬਾਰੇ ਵਿੱਚ ਹਾਂ ਦੂਰੋਂ ਇਸ਼ਾਰਾ ਕਰਨਾ ਜਿਵੇਂ ਕਿਸੇ ਅੱਛਾ ਜੀ ਇਹ ਜਿਹੜਾ ਇਹ ਕੀ ਹੈ ਇਹਦਾ ਵੀ ਦੂਰੋਂ ਨਹੀਂ ਹਾਂ ਨਜ਼ਦੀਕ ਹੋ ਸਕਦਾ ਇਹ ਪਰਾਠਾ ਇਹ ਪਰਾਠਾ ਹਾਂਜੀ ਇਹ ਵਿੱਚ ਸ਼ਰਾਠਾ ਛਪਾਟਾ ਹਾਂ ਛਪਾਟਾ ਅੱਛਾ ਛਪਾਟਾ ਬਣ ਰਿਹਾ ਬਣ ਰਿਹਾ ਇਹ ਜਿਵੇਂ ਜਿਵੇਂ ਚੀਜ਼ਾਂ ਪਈ ਜਾਣਗੀਆਂ ਇਹ ਛਪਾਟਾ ਹੋ ਜਾਏਗਾ ਜਿਹੜੀ ਬਿਲਡਿੰਗ ਤਿਆਰ ਹੋ ਜਾਏਗੀ ਛਪਾਟਾ ਇਹ ਹੋਰ ਵੀ ਕੁਝ ਪੈਣਾ ਹਾਂ ਇਹ ਮਲਾਈ ਬੋਟੀ ਵਾਹ 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 ਵੇਖ ਤੇ ਜੀ ਬੋਟੀ ਵਾਹ ਜੀ ਵਾਹ ਅੱਛਾ ਹੋਰ ਇਹਦੇ ਨਾਲ ਹਾਂ ਇਹ ਚੀਜ਼ਾਂ ਤੂੰ ਖਾਬ 'ਚ ਵੀ ਨਹੀਂ ਵੇਖੀ ਹੋਣੀਆਂ ਖਾਬ 'ਚ ਨਹੀਂ ਤੇ ਇੰਨੇ ਵੱਡੇ ਕਿਉਂ ਬਣਾ ਲਏ ਖਰਾਬ ਨਹੀਂ ਹੋ ਜਾਣਗੀਆਂ ਬਾਹਰ ਬਾਜ਼ਾਰ ਨਹੀਂ ਵੇਖਦੇ ਰਸ਼ ਨਹੀਂ ਵੇਖਦੇ ਇਹਦਾ ਫੈਮਲੀ ਬੈਠੀ ਉਹਦੇ ਵਾਸਤੇ ਅੱਛਾ ਫੈਮਲੀ ਅੰਦਰ ਹਾਂਜੀ ਉਹ ਫੈਮਲੀ ਨੂੰ ਹੁਣ ਦੱਸਣਾ ਨਾ ਕਿ ਬੰਦਾ ਵੇਖ ਰਿਹਾ ਤੁਹਾਨੂੰ ਉਹੀ ਮੈਂ ਕਿਹਾ ਇੰਨੇ ਵੱਡੇ ਬਣਾ ਲਏ ਫਜ਼ੂਲ ਖਰਚੀ ਵੈਸੇ ਹੈ ਨਾ ਨਹੀਂ ਤੂੰ ਇਹਨੂੰ ਗੌਰ ਨਾਲ ਵੇਖ ਰਿਹਾ ਫੈਮਲੀ ਨੇ ਖਾਣੇ ਵੀ ਆ ਕੋ ਬੰਦਾ ਕੋਈ ਗਰੀਬ ਜਿਹਾ ਜਾਣ ਲੱਗਾ ਨਾ ਇਹਨੂੰ ਜਿਹੜਾ ਬੱਚੇ ਬੱਚੇ ਦੇ ਦੇ ਕਿਹੜਾ ਬੱਚਿਆ ਬਾਹਰ ਇਹਨਾਂ 'ਚ ਬੱਚਿਆਂ ਦਾ ਬੱਚੇ ਉਹ ਇੱਥੇ ਕਿਤੇ ਬਚਣਾ ਹੀ ਜਿੱਦਾਂ ਰਾਸ਼ੇ ਇਹਨਾਂ ਨੇ ਆਪ ਖਾ ਜਾਣਾ ਬਾਅਦ 'ਚ ਨਹੀਂ ਜਿੱਦਾਂ ਤੂੰ ਖਪਾਇਆ ਨਾ ਤੈਨੂੰ ਕੁਛ ਨਾ ਕੁਛ ਦਿਖਾਵਾਂਗੇ ਰਹਿੰਦਾ ਕਿੱਥੇ ਤੁਸੀਂ ਖਲੋਵੋ ਮੈਂ ਘਰੋਂ ਨਾ ਰਜਿਸਟਰੀ ਲਿਆ ਆਵਾਂ ਮਕਾਨ ਦੀ ਚੱਲ ਮੈਂ ਲਿਆ ਕੇ ਦੱਸ ਦਿਓ ਮੈਂ ਕਿੱਥੇ ਰਹਿੰਦਾ ਉਹ ਤੈਨੂੰ ਇਸ ਬਾਜ਼ਾਰ 'ਚ ਪਹਿਲੀ ਦਫਾ ਵੇਖਿਆ ਕਾਕਾ ਮੈਂ ਆਈ ਪਹਿਲੀ ਵਾਰੀ ਹੈ ਤੇ ਪਹਿਲੀ ਵਾਰੀ ਵੇਖਣਾ ਸੀ ਬੋਤਲ ਵੀ ਨਹੀਂ ਹੈ ਬੋਤਲ ਵੀ ਨਹੀਂ ਅੱਛਾ ਲੱਗਦਾ ਤੁਹਾਡੀ ਕੋਈ ਦੁਕਾਨ ਕਾਫੀ ਦੂਰ ਆ ਬੜੀ ਦੇਰ ਦੀ ਧਮਕੀ ਦੇ ਰਿਹਾ ਮੈਨੂੰ ਅੱਛਾ ਜੀ ਇਹ ਕੀ ਜੀ ਸੌਸ ਚਿੱਲੀ ਸੌਸ ਚਿੱਲੀ ਸੌਸ ਚਿੱਲੀ ਵੇ ਚਿੱਲੀ ਅੱਛਾ ਇਹ ਸੌਸ ਹੈ ਛੇਕ ਚਿੱਲੀ ਸੌਸ ਹੈ ਤੁਹਾਡੇ ਕੋਲ ਸਾਰਾ ਕੁਝ ਪਰਾਠੇ ਜੀ ਨਹੀਂ ਅੱਛਾ ਪਰਾਠੇ ਤੋਂ ਇਲਾਵਾ ਚੀਜ਼ਾਂ ਦੇ ਦਿੰਦੇ ਹੋ ਵੈਸੇ ਅਗਰ ਹੈ ਐ ਕਰੀਮ ਐ ਕਰੀਮ ਅੱਛਾ ਸਾਡੇ ਮਲੇ ਇੱਕ ਚਾਚਾ ਕਰੀਮ ਹੈਗਾ ਉਹ ਕਰੀਮ ਉਹ ਮੈਂ ਨਹੀਂ ਲਾਉਂਦਾ ਜੀ ਮੈਂ ਬੰਦਾ ਨਹੀਂ ਉਹ ਜਿਹੜੀ ਭਾਈ ਦੁੱਧ ਦੇ ਉੱਪਰੋਂ ਕਰੀਮ ਬੰਦੀ ਜਿਹੜਾ ਜਿਹੜੀ ਦੁੱਧ ਤੋਂ ਲਾਈ ਦੀ ਅੱਛਾ ਅੱਛਾ ਉਹ ਅੱਛਾ ਉਹ ਵੀ ਲਾਉਂਦੇ ਜੀ ਕਰੀਮ ਵੀ ਇਹਦੇ ਚ ਆ ਵੇਖ ਐ ਵੇਖ ਲਾ ਐ ਵੇਖ ਲੱਗਦੇ ਲੱਗਦੇ ਵੇਖ ਲਾ ਐ ਗੌਰ ਨਾਲ ਵੇਖ ਲਾ ਜਾ ਕੇ ਦੱਸੀ ਹੁਣ ਦੇਖ ਲਾ ਓਏ ਹੋਏ 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 ਚਲੋ ਆਓ ਚਲੀਏ ਜਾਨ ਛੱਡੇ ਜਾ ਰਹੀ ਆਓ ਆਓ ਚਲੋ ਉਧਰ ਆਓ ਉਧਰ ਤੁਹਾਡੇ ਕੋਲ ਕੀ ਉਧਰ ਕਾਕਰੀ ਚਲਾ ਤੋ ਆਈ ਜਾਨ ਚਲੋ ਆਓ ਆ ਮਾਲੇ ਤੇ ਨਾ ਇਹ ਆਰਡਰ ਤੇ ਲੱਗਾ ਅੱਛਾ ਪੱਠੀ ਤੇ ਨਹੀਂ ਲੱਗਾ
ਮਲਾਈ ਲਾ ਕੇ ਨਾ ਉਹ ਥੋੜੀ ਮੈਨੂੰ ਕਾਲਜ ਪਾ ਦੋ ਤੋਂ ਨਹੀਂ ਲਾਈ ਦੀ ਜੋ ਤੁਹਾਨੂੰ ਕਦੋਂ ਅਸੀਂ ਇੱਥੇ ਆਡਰ ਤੁਹਾਨੂੰ ਦੱਸ ਰਹੇ ਆ ਅੱਛਾ ਉਹ ਮਲਾਈ ਬੋਟੀ ਉਹ ਮਲਾਈ ਬੋਟੀ ਰੇਸ਼ਮੀ ਕਬਾਬ ਕਿਹੜਾ ਜੀ ਰੇਸ਼ਮੀ ਕਬਾਬ ਤੁਹਾਡੇ ਕੋਲ ਸੂਤਰੀ ਹੈਗਾ ਸੂਤੀ ਕਬਾਬ ਨੂੰ ਡੇੜ ਰੇਸ਼ਮੀ ਲੈਣਾ ਜੇ ਕੋਲੋਂ ਕਪੜਾ ਲੈਣਾ ਹੈ ਤੁਸੀਂ ਨਹੀਂ ਨਹੀਂ ਅਸਲ ਜੀ ਠੰਡ ਹੈ ਨਾ ਰੇਸ਼ਮੀ ਚੱਲਣਾ ਨਹੀਂ ਅੱਛਾ ਜੀ ਇਹ ਰੇਸ਼ਮੀ ਕਬਾਬ ਆ ਹਾਂਜੀ ਉਹ ਇਹ ਕਿਹੜਾ ਤਿੱਖਾ ਜੀ ਚਿਕਨ ਤਿੱਖਾ ਨਹੀਂ ਉਹ ਮਲਾਈ ਬੋਟੀ ਮੈਂ ਕਹਿੰਦਾ ਕਿ ਮਗਰਮੱਛ ਦਾ ਤਿੱਖਾ ਹੈ ਚਿਕਨ ਹੀ ਹੈ ਇਹਦਾ ਕੋ ਨਾ ਬਹੁਤ ਜੀ ਜਾਓ ਨਹੀਂ ਇਹਦਾ ਨਾ ਕੀ ਹੈ ਸਾਡੀ ਬੜੀ ਮਿਹਰਬਾਨੀ ਜਾਓ ਮੈਂ ਕਹਿ ਰਿਹਾ ਹੁਣ ਮੈਂ ਪਾਰਲਾ ਮੇਰਾ ਚੜ ਗਿਆ ਤੁਸੀਂ ਜਾਓ ਇਹ ਮਲਾਈ ਬੋਟੀ ਜਾਓ ਇਹ ਮਲਾਈ ਬੋਟੀ ਉਹ ਪਰਲੀ ਕਿਹੜੀ ਥਾਈ ਥਾਈ ਤਿੱਖਾ ਉਹ ਭਾਈ ਮੇਰੀ ਆਣ ਲਾ ਕੋ ਤੇ ਸੁਣਦੇ ਨਹੀਂ ਪਰੇ ਉਹ ਕਿਹੜਾ ਤਿੱਖਾ ਜੀ ਤੁਸੀਂ ਜਾਓ ਬੋਲ ਇਹ ਕਿਹੜਾ ਤਿੱਖਾ ਥਾਈ ਤਿੱਖਾ ਕਿ ਪਾਕਿਸਤਾਨ ਕਿਉਂ ਵੇਚ ਰਹੇ ਥਾਈ ਜਾ ਥਾਈਲੈਂਡ ਜਾ ਕੇ ਵੇਚੋ ਥਾਈ ਟਿੱਕਾ ਮਤਲਬ ਲੈਗ ਦਾ ਟਿੱਕਾ ਸੀਨੇ ਦਾ ਨਹੀਂ ਲੈਗ ਦਾ ਟਿੱਕਾ ਥਾਈ ਦੇ ਸਿਰ ਦਾ ਟਿੱਕਾ ਅੱਛਾ ਅੱਛਾ ਇਹ ਉਹ ਟਿੱਕਾ ਤੁਸੀਂ ਕੀ ਖਾਣਾ ਗੱਲ ਪਤਾ ਕੀ ਬਾਇ ਮੈਨੂੰ ਨਾ ਦੱਸ ਦੇ ਕਰੋ ਕੀ ਖਾਣ ਆਏ ਕੀ ਖਾਣਾ ਤੁਹਾਡੇ ਕੋਲ ਭਰੇ ਦੀ ਖਾਣਾ ਹੈ ਕਿ ਮੈਨੂੰ ਡਾਕਟਰ ਨੇ ਸਾਰੀਆਂ ਚੀਜ਼ਾਂ ਕੀਤੀਆਂ ਮਨਾ ਤੇ ਮੈਂ ਸਿਰ ਪਤਾ ਕਰਦਾ ਫਿਰਦਾ ਕਿ ਯਾਰ ਮਤਲਬ ਕਿ ਡਾਕਟਰ ਨੇ ਤੁਹਾਨੂੰ ਕੀ ਆਖਿਆ ਖਾਣ ਲਈ ਉਹਨੇ ਕਿਹਾ ਬਸ ਤੂੰ ਨਾ ਸਿਰਫ ਚੀਜ਼ਾਂ ਵੇਖਣੀਆਂ ਪੁੱਛਣਾ ਤੇ ਬਸ ਮੇਰੀ ਗੱਲ ਤਾਂ ਸੁਣੋ ਭਾਈ ਜੀ ਨਿਕਲ ਮੇਰੀ ਇੱਕ ਮਿੰਟ ਇੱਕ ਮਿੰਟ ਓਏ ਇੱਕ ਮਿੰਟ ਨਿਕਲ ਓਏ ਮੇਰੀ ਗੱਲ ਓਏ ਯਾਰ